ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਅੱਜ ਜੋ ਅਪਡੇਟ ਲੈ ਕੇ ਆਏ ਹਾਂ ਜੀ ਦੁਪਹਿਰ ਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟੱਡੀ ਵੀਜ਼ੇ ਦੇ ਉੱਤੇ ਗੱਲ ਕਰਾਂਗੇ ਸਟੱਡੀ ਵੀਜ਼ੇ ਦੇ ਉੱਤੇ ਇੱਕ WhatsApp ਗਰੁੱਪ ਬਣ ਜਾ ਰਿਹਾ ਕਿਉਂਕਿ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਸਭ ਕੁਝ ਉਹ ਕਹਿ ਰਹੇ ਨੇ ਕਿ ਸਾਰਿਆਂ ਨੂੰ ਫੋਨ ਕਰਨਾ ਬਹੁਤ ਹੀ ਮੁਸ਼ਕਲ ਹੈ ਇਸ ਕਰਕੇ 200 250 ਇਦਾਂ 2-2 250 ਬੰਦਿਆਂ ਦੇ ਗਰੁੱਪ ਬਣਾਏ ਜਾਣਗੇ ਜਿਨ੍ਹਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਦੱਸਿਆ ਜਾਊਗਾ ਇਨਫੋਰਮੇਸ਼ਨ ਦਿੱਤੀ ਜਾਊਗੀ ਜਿਹੜਾ ਵੀ ਬੰਦਾ ਉਸ ਗੱਲ ਨੂੰ ਐਕਸੈਪਟ ਕਰੂਗਾ ਜੋ ਉਹਨਾਂ ਦੀਆਂ ਸ਼ਰਤਾਂ ਨੇ ਜੋ ਕੋਸਟ ਨੇ ਤਾਂ ਉਹਨਾਂ ਨੂੰ ਫਿਰ ਸਿਰਫ ਉਹੀ ਕੰਟੈਕਟ ਕਰਨਗੇ ਇਦਾਂ ਉਹ ਸਾਰੇ ਬੰਦਿਆਂ ਨੂੰ ਫਿਰ ਫੋਨ ਕਰਨਾ ਮੁਸ਼ਕਲ ਹੋ ਜਾਊਗਾ ਜਿੰਨਾ ਵੀ ਬੰਦਿਆਂ ਨੂੰ ਸ਼ਰਤਾਂ ਮਨਜ਼ੂਰ ਹੋਣਗੀਆਂ ਪੈਸੇ ਮਨਜ਼ੂਰ ਹੋਣਗੇ ਉਹ ਹਾਂ ਕਰ ਦੇਣਗੇ ਅਗਲਾ ਆਪਣਾ ਜੋ ਅਪਡੇਟ ਆ ਅਗਲਾ ਅਪਡੇਟ ਆ ਬਹੁਤ ਵਾਰ ਆਪਾਂ ਨੂੰ ਸਾਨੂੰ ਕਮੈਂਟਾਂ ਦੇ ਵਿੱਚ ਆਂਦਾ ਸਿਰਫ ਸਾਡੇ ਨਹੀਂ ਆਲੇ ਦੁਆਲੇ ਸਾਰੇ ਪਾਸੇ ਮੇਰੇ ਸਾਹਮਣੇ ਇਹੀ ਆਂਦਾ ਹੁੰਦਾ ਕਿ ਜਿਸ ਟਾਈਮ ਅਸੀਂ ਖ਼ਬਰ ਕੋਈ ਸੁਣਨੀ ਹੋਵੇ ਚਾਹੇ YouTube ਤੇ ਹੋਵੇ YouTube ਤੇ ਕੋਈ ਵੀ ਚੈਨਲ ਹੋਵੇ ਤੇ ਉਹਦੇ ਵਿੱਚ ਕਾਫੀ ਮਸ਼ਹੂਰੀਆਂ ਆਂਦੀਆਂ ਨੇ ਕਾਫੀ ਐਡਸ ਆਂ ਅਤੇ ਕਈ ਵਾਰ ਇਦਾਂ ਵੀ ਲਿਖਿਆ ਹੁੰਦਾ ਕਿ ਤੁਸੀਂ ਸਿਰਫ ਇੱਕ ਮਿਸ਼ੂਰੀ ਕਰਦੋ ਜਾਂ ਦੋ ਮਿਸ਼ੂਰੀ ਕਰਦੋ ਤੇ ਇਹਦੇ ਨਾਲ ਕਾਫੀ ਪ੍ਰੋਬਲਮ ਜਾਂ ਫਿਰ ਤੁਸੀਂ ਕੋਈ ਗਾਣਾ ਸੁਣਨਾ ਹੋਵੇ ਜਾਂ ਤੁਸੀਂ ਕੋਈ ਸ਼ਬਦ ਸੁਣਨਾ ਹੋਵੇ ਤਾਂ ਉਹਨਾਂ ਦੇ ਵਿੱਚ ਕਾਫੀ ਐਡਸ ਆਂਦੀਆਂ ਨੇ ਤੇ ਜਿਹਦੇ ਨਾਲ ਬੰਦਿਆਂ ਨੂੰ ਬਹੁਤ ਕਾਫੀ ਅਪੱਤੀਆਂ ਆਂਦੀਆਂ। ਤੇ ਜੇਕਰ ਇੱਕ ਇਦਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਜਾਵੇ ਇਦਾਂ ਦਾ ਇੱਕ ਤੁਹਾਡੇ ਲਈ ਸਰਵਿਸ ਤਿਆਰ ਕੀਤੀ ਜਾਵੇ ਜਿਹਦੇ ਵਿੱਚ ਤੁਹਾਨੂੰ ਚਾਹੇ ਤੁਸੀਂ ਨਿਊਜ਼ ਸੁਣੋ ਚਾਹੇ ਤੁਸੀਂ ਗਾਣੇ ਸੁਣੋ ਤਾਂ ਜਾਂ ਫਿਰ ਤੁਸੀਂ ਕੋਈ ਵੀ ਧਾਰਮਿਕ ਸੁਣੋ ਤਾਂ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਨਾ ਆਵੇ ਕਿ ਤੁਹਾਨੂੰ ਜੀ ਪਸੰਦ ਕਰੋਗੇ ਜੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀਆਂ ਵੀ ਖਬਰਾਂ ਜਾਂ YouTube ਤੇ ਜਿੰਨੇ ਵੀ ਚੈਨਲ ਨੇ ਸਾਰਿਆਂ ਦੀਆਂ ਖਬਰਾਂ ਬਿਨਾ ਕਿਸੇ ਐਡ ਤੋਂ ਬਿਲਕੁਲ ਫਰੀ ਦੇ ਵਿੱਚ ਆਪਣੇ ਮੋਬਾਈਲ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਦੱਸਿਓ ਕਮੈਂਟ ਕਰਕੇ ਦੱਸਿਓ ਇਹ ਸਭ ਕੁਝ ਅਸੀਂ ਤੁਹਾਡੇ ਲਈ ਫਰੀ ਦੇ ਵਿੱਚ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਚੱਲਦੇ ਆ ਜੀ ਅਗਲਾ ਅਪਡੇਟ ਆ ਜੀ 2400 ਰੋ ਦਾ 2400 ਰੋ ਦਾ ਜਿਹੜਾ ਦਮੰਦਾ ਸਰਕਸ ਬਹੁਤ ਸਾਨੂੰ ਪੁੱਛਿਆ ਜਾ ਰਿਹਾ ਕਿ ਕਿਹਨਾਂ ਨੂੰ ਮਿਲਣਾ ਜੀ ਕਿੱਦਾਂ ਮਿਲਣਾ ਹੈ ਕਿ ਸਰਕਾਰ ਨੇ 2400 ਰੋ ਦਾ ਦਮੰਦਾ ਜਿਹੜਾ ਆ ਸਾਰੇ ਬੰਦਿਆਂ ਨੂੰ ਸਾਰੇ ਬੰਦੇ ਨੂੰ 2400 ਰੋ ਬੰਦਿਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਜੀ ਇਹ ਕਿਸੇ ਹਿਸਾਬ ਦੇ ਨਾਲ ਮਿਲਣਾ ਕਿਹਨਾਂ ਨੂੰ ਮਿਲਣਾ ਇਹ ਦੇਖਣ ਤੋਂ ਪਹਿਲਾਂ ਮਾੜਾ ਜਿਹਾ ਨਿਗਾਹ ਮਾਰਦੇ ਆ ਇੱਕ ਆਲੇ ਦੁਆਲੇ ਇਟਲੀ ਦੀਆਂ ਹੁਣ ਤੱਕ ਦੀਆਂ ਅਪਡੇਟਾਂ ਉੱਤੇ ਤਬ ਤੋਂ ਪਹਿਲਾ ਅਪਡੇਟ ਸਾਡਾ ਆ ਰਿਹਾ ਜੀ ਇਟਲੀ ਦੇ ਵਿੱਚ 2800 ਵੈਕੈਂਸੀਆਂ ਨਿਕਲੀਆਂ ਜੀ ਸਾਊਥ ਇਟਲੀ ਦੇ ਵਿੱਚ 2800 ਪਬਲਿਕ ਜਿਹੜੇ ਦਫਤਰ ਇਹਨਾਂ ਦੇ ਵਿੱਚ ਬੰਦੇ ਹਨ ਪੇਪਰ ਪਾ ਕੇ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰ ਸਕਦੇ ਆ ਤੇ ਇਹਨਾਂ ਦੇ ਵਿੱਚ ਟੈਕਨੀਸ਼ੀ ਵੀ ਹੁੰਦੇ ਆ ਤੇ ਕਾਫੀ ਹੈ ਜੇ ਕਰੀਅਰ ਇਤਲਾਸੇ ਰਾ ਵੈਬਸਾਈਟ ਇਹਨਾਂ ਦੇ ਉੱਤੇ ਜਾ ਕੇ ਐਗਜ਼ੈਕਟ ਲਿੰਕ ਦਿੱਤਾ ਹੈ ਤੇ ਤੁਸੀਂ ਕਿਸ ਵੈਬਸਾਈਟ ਤੇ ਜਾਣਾ ਤੇ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਕੰਦੀ ਦਾ ਤੂਰਾ ਆਪਣੇ ਆਪ ਨੂੰ ਤੁਸੀਂ ਦੱਸਣਾ 15 ਦਿਨ ਦਾ ਟਾਈਮ ਆ ਜੀ ਤੇ ਵੱਧ ਤੋਂ ਵੱਧ ਜਿਹੜਾ ਕੰਟਰੈਕਟ ਆ 36 ਮਹੀਨੇ ਦਾ ਕੀਤਾ ਜਾ ਸਕਦਾ ਜਾਨੀ ਕਿ 3 ਸਾਲ ਦਾ ਕਰੂਗਾ 3 ਸਾਲ ਤੋਂ ਬਾਅਦ ਫਿਰ ਇਹ ਜੇਕਰ ਨਹੀਂ ਦੇਖਿਆ ਤਾਂ ਬਾਅਦ ਵਿੱਚ ਫਿਰ ਤੋਂ ਕੰਟਰੈਕਟ ਵੀ ਕੀਤਾ ਜਾ ਸਕਦਾ ਇਸ ਟਾਈਮ ਸਰਕਾਰੀ ਦਫ਼ਤਰ ਜਿਹੜੇ ਕਿੱਥੇ ਆ ਬਰੂਤਸੋ ਬਜ਼ਿਲੀ ਕਾਤਾ ਕਲਾਬਰੀਆ ਕੰਪਾਨੀਆ ਮੂਲੀ ਜ਼ੇ ਪੂਲੀਆ ਸਰਦੇਨੀਆ ਤੇ ਸਿਚੀਲੀਆ ਦੇ ਵਿੱਚ ਰਿਕਵਰੀ ਪਲਾਨ ਦਾ ਜਿਹੜਾ ਫੰਡ ਆ ਉਹਨਾਂ ਨੂੰ ਯੂਜ਼ ਕਰਕੇ ਬੰਦੇ ਦੁਬਾਰਾ ਜਿਹੜੇ ਰੱਖੇ ਜਾ ਰਹੇ ਨੇ 2800 ਬੰਦਾ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਜੀ ਮੌਕਾ ਦੇ ਰਹੀ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਦਾ ਬਾਕੀ ਜੋ ਡਿਟੇਲ ਆ ਸੀ ਤੁਹਾਨੂੰ ਦੱਸਿਆ ਕੂਰੀਅਰ ਇਹਦਾ ਲੱਸੀ ਰ ਹੈ ਜਿਹੜੀ ਵੈਬਸਾਈਟ ਉਹਦੇ ਉੱਤੇ ਜਾ ਕੇ ਤੁਸੀਂ ਪੂਰੀ ਡਿਟੇਲ ਦੇਖ ਸਕਦੇ ਆ ਇੱਕ ਨਜ਼ਰ ਮਾਰ ਲੈਣੇ ਥੋੜਾ ਜਿਹਾ ਮੋਟੀ ਮੋਟੀ ਹੁਣ ਇਸ ਟਾਈਮ ਖਬਰ ਕੀ ਚੱਲ ਰਹੀ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਸਭ ਤੋਂ ਪਹਿਲਾਂ ਜੇ ਅਸੀਂ ਦੇਖੀਏ ਤਾਂ ਬ੍ਰਾਜ਼ੀਲ ਦੇ ਵਿੱਚ 4195 ਮੋਤਾਂ ਦਰਜ ਹੋਈਆਂ ਨੇ ਜੋ ਕਿ ਬਹੁਤ ਹੀ ਜ਼ਿਆਦਾ ਨੇ ਲਾਸਟਲੇ 24 ਘੰਟਿਆਂ ਦੇ ਵਿੱਚ ਬ੍ਰਾਜ਼ੀਲ ਇਸ ਟਾਈਮ ਉਹ ਕੰਟਰੀ ਬਣ ਬਣ ਰਿਹਾ ਜੀ ਹੌਲੀ ਹੌਲੀ ਬਣਦਾ ਜਾ ਰਿਹਾ ਜ ਜਿਹਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਿਨ ਰਾਤ ਵੱਧਦੀ ਜਾ ਰਹੀ ਹੈ ਤੇ 4195 ਦਾ ਕੇਸ ਪਹਿਲੀ ਵਾਰ ਨਹੀਂ ਹੋਇਆ ਉੱਥੇ ਪਹਿਲਾਂ ਜਿਹੜਾ ਸਭ ਤੋਂ ਵੱਧ ਕੇਸ ਹੋਏ ਸੀ 4000 ਦੇ ਹੋਏ ਸੀ ਤੇ ਹੁਣ ਇੱਕ ਨਵਾਂ ਰਿਕਾਰਡ ਇੱਕ ਨਵਾਂ ਰਿਕਾਰਡ ਇੱਕ ਨਵੀਂ ਗਿਣਤੀ ਬਣ ਗਈ ਹੈ 4195 ਦੀ ਜੋ ਕਿ ਬਹੁਤ ਹੀ ਜ਼ਿਆਦਾ ਜੀ ਉਧਰ ਇੰਡੀਆ ਦੀ ਜੀ ਗੱਲ ਕਰੀ ਤੇ ਇੰਡੀਆ ਦੇ ਵਿੱਚ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਿਆ ਕਾਫੀ ਟੈਮ ਤੋਂ ਬਾਅਦ ਇੰਡੀਆ ਦੇ ਵਿੱਚ 2021 ਦੇ ਵਿੱਚ 115736 ਜਿਹੜਾ ਨਵਾਂ ਕੇਸ ਲਾਸਲੇ 24 ਘੰਟਿਆਂ ਦੇ ਵਿੱਚ ਸਾਹਮਣੇ ਆਇਆ ਤੇ ਉਧਰ ਹੀ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਹੈ ਇਸ ਟਾਈਮ ਜੋ ਦੱਸਿਆ ਜਾ ਰਿਹਾ ਕਿ 630 ਬੰਦਿਆਂ ਦੀ ਮੌਤ ਹੋਈ ਹੈ ਨਵੰਬਰ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਗਿਣਤੀ ਹੈ ਜੀ 630 ਬੰਦਿਆਂ ਦੀ ਨਹੀਂ ਤਾਂ ਕਾਫੀ ਹੱਦ ਤੱਕ ਇੰਡੀਆ ਨੇ ਜਿਹੜਾ ਕਾਬੂ ਪਾ ਲਿਆ ਹੈ ਤੇ 2020 ਦੇ ਵਿੱਚ ਜੇ ਅਸੀਂ ਦੇਖੀਏ ਸਤੰਬਰ ਦੇ ਮਹੀਨੇ ਦੇ ਵਿੱਚ ਤਕਰੀਬਨ 97000 ਆਈਡੀਆ ਲੱਗ ਰਿਹਾ ਹੈ ਕਿ ਬੰਦਿਆਂ ਦੀ ਹਰ ਰੋਜ਼ 97000 ਜਿਹੜੇ ਨਵੇਂ ਕੇਸ ਆ ਰਹੇ ਸੀ ਇੰਗਲੈਂਡ ਵੱਲ ਚੱਲਦੇ ਆ ਜੀ ਗ੍ਰbritannien ਵੱਲ ਚੱਲਦੇ ਆ ਯੂਕੇ ਦੇ ਵਿੱਚ ਜਿਹੜੀ ਮੋਡਰਨਾ ਵੈਕਸੀਨ ਹੁਣ ਇਹ ਵੀ ਲੱਗਣੀ ਸ਼ੁਰੂ ਹੋ ਜਾਣੀ ਆਸਟਰਾ ਜ਼ੇਨਿਕਾ ਕਾਫੀ ਹੱਦ ਤੱਕ ਲੋਕਾਂ ਦੇ ਲੱਗੀ ਹੈ ਤੇ ਕਾਫੀ ਲੋਕ ਕਿ ਡਰ ਵੀ ਰਹੇ ਨੇ ਤੋਂ ਫਾਈਜ਼ਰ ਲੱਗ ਰਹੀ ਹੈ ਪਰ ਹੁਣ ਜਿਹੜੀ ਉੱਥੇ ਮੋਡਰਨਾ ਦੀ ਆ ਉਹਦੇ ਵੀ ਤਕਰੀਬਨ 17 ਮਿਲੀਅਨ ਦੋਸ ਪਹੁੰਚ ਗਏ ਨੇ ਤੇ ਇਹ ਵੀ ਲੱਗਣੇ ਸ਼ੁਰੂ ਹੋ ਜਾਣੇ ਆ। ਉਸ ਬਾਅਦ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਅਗਲਾ ਅਪਡੇਟ ਆ ਰਿਹਾ ਜੀ ਹਮੇਸ਼ਾ ਹੀ ਤਰਾਂ ਜਿੱਦਾਂ ਜਿਹੜੀ ਇਟਲੀ ਦੇ ਵਿੱਚ ਨਾਸ ਵਾਲਿਆਂ ਦੀ ਟੁਰੀਨੋ ਆ ਜਿਹੜੀ ਟੁਰੀਨੋ ਦੀ ਜਿਹੜੇ ਨਾਸਾ ਕਾਰਬਨੀਰੀ ਦਾ ਜਿਹੜਾ ਇੱਕ ਉਹਨਾਂ ਦਾ ਹੀ ਇੱਕ ਹਿੱਸਾ ਆ ਉਹਨਾਂ ਨੇ ਕਾਫੀ ਜਗ੍ਹਾਵਾਂ ਤੇ ਛਾਪੇ ਮਾਰੇ ਆ ਤੇ ਇੱਕ 50 ਸਾਲ ਦੀ ਔਰਤ ਨੂੰ ਵੀ ਗ੍ਰਫਤਾਰ ਕੀਤਾ ਪਰਾਤੋ ਦੇ ਵਿੱਚ ਦੱਸਿਆ ਜਾ ਰਿਹਾ ਫਰੈਂਸ ਦਾ ਜੋ ਇੱਕ ਪ੍ਰੋਵਿੰਸੇ ਦੀ ਫਰੈਂਸਾ ਦੇ ਵਿੱਚ ਆ। ਤੇ ਚੱਕਰ ਕੀ ਹੈ ਜੀ ਇਹ ਵੇਚ ਰਹੇ ਹੀ ਆਪਣੀਆਂ ਦਵਾਈਆਂ ਵੇਚ ਰਹੇ ਹੀ ਵੈਕਸੀਨ ਦੀਆਂ ਦਵਾਈਆਂ ਵੇਚ ਰਹੇ ਹੀ ਕਰੋਨਾ ਦੀਆਂ ਕਿ ਇਹ ਜਿਹੜੀਆਂ ਚੀਨੀ ਦਵਾਈਆਂ ਤੁਸੀਂ ਖਾ ਕੇ ਕਰੋਨਾ ਤੋਂ ਵੱਸ ਸਕਦੇ ਆ ਇਹਨਾਂ ਨੂੰ ਐਂਟੀ ਕੋਵਿਡ ਨਾਮ ਦਿੱਤਾ ਗਿਆ ਸਗਾ ਤੇ ਇਹ ਦਵਾਈਆਂ ਜ਼ਬਤ ਕਰ ਲਈਆਂ ਗਿਆ ਤਕਰੀਬਨ 6000 ਡੱਬੀਆਂ ਸੀ ਤੋਂ 6000 ਡੱਬੀਆਂ ਦੇ ਵਿੱਚ ਜਿਹੜੇ ਪੱਤੇ ਆ ਹਰ ਪੱਤੇ 'ਚ 10 ਗੋਲੀਆਂ ਵੀ ਹੋ ਸਕਦੀਆਂ 20 ਵੀ ਹੋ ਸਕਦੀਆਂ ਇੰਨੀ ਡਿਟੇਲ ਨਹੀਂ ਦੱਸੀ ਪਰ 6000 ਪੱਤਾ ਜਿਹੜਾ ਗੋਲੀਆਂ ਦਾ ਫੜ ਲਿਆ ਗਿਆ ਜੀ ਜੋ ਕਿ ਇਲੀਗਲ ਤੌਰ ਤੇ ਇਟਲੀ ਦੇ ਵਿੱਚ ਵੇਚਿਆ ਜਾ ਰਿਹਾ ਸੀ ਤੇ ਲੋਕੀ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਇਹਨਾਂ ਨੂੰ ਖਰੀਦ ਵੀ ਰਹੇ ਸੀ ਤੇ ਉਧਰ ਹੀ ਮਿਸਰ ਦੀ ਜਿਹੀ ਗੱਲ ਕਰੀਏ ਜਿਫਟ ਦੀ ਜਿਹੀ ਗੱਲ ਕਰੀਏ ਤਾਂ 778 ਨਵੀਂ ਕੇਸ ਸਾਹਮਣੇ ਆਏ ਨੇ ਤੇ ਹੁਣ ਤੱਕ ਤਾਂ ਉੱਥੇ ਜਿਹੜਾ ਗਿਣਤੀ ਆ ਵੱਧਦੀ ਜਾ ਰਹੀ ਹੈ ਕਾਫੀ ਟਾਈਮ ਤੋਂ ਤੇ ਹੁਣ ਅਸੀਂ ਗੱਲ ਕਰੀਏ ਆਸਰਾ ਜ਼ੇਨ ਕਾ ਦੀ ਆਸਰਾ ਜ਼ੇਨ ਕਾ ਸਾਰੇ ਨੂੰ ਪਤਾ ਵੀ ਕਾਫੀ ਪਾਸੇ ਬੰਦਿਆਂ ਦੇ ਗੋਆਗੁਲੀ ਨੇ ਹੋ ਜਾਂਦੇ ਜਦੋਂ ਖੂਨ ਦੇ ਵਿੱਚ ਗਠਾ ਬਣ ਜਾਂਦੀਆਂ ਜਿਨ੍ਹਾਂ ਦੇ ਵਿੱਚ ਨਾੜਾਂ ਦੇ ਵਿੱਚ ਆਕਸੀਜਨ ਪਾਸ ਨਹੀਂ ਹੁੰਦੀ ਕ੍ਰੋਸ ਨਹੀਂ ਹੁੰਦੀ ਜਿਹੜਾ ਕਿ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਦਾ ਕਾਰਨ ਬਣਦਾ ਇੱਕ ਇਤਿਫਾਕ ਅਸੀਂ ਨੂੰ ਕਹਾਂਗੇ ਕਿ ਕਾਫੀ ਹੱਦ ਤੱਕ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਬੰਦਿਆਂ ਦੇ ਆਸਰਾ ਜ਼ਿਆਦਾਤਰ ਉਹਨਾਂ ਬੰਦਿਆਂ ਦੇ ਆਸਰਾ ਜਿੰਨਾਂ ਦੀ ਵੈਕਸੀਨ ਲੱਗੀ ਹੈ ਜੋ ਕਿ ਅਸੀਂ ਖਬਰਾਂ ਕੂਰੀਅਰ ਇਦਲਾ ਸੇਰਾਨ ਸਾਜਾ ਫਿਰ ਹੋਰ ਜਿਹੜੀਆਂ ਵੈਬਸਾਈਟਾਂ ਕੋਹਤੇ ਦੀਆਂ ਉਹਨਾਂ ਦੇ ਉਤੋਂ ਆਪਾਂ ਦੇਖਣ ਨੂੰ ਮਿਲਦੀਆਂ ਨੇ ਤੇ ਹੁਣ ਜਿੱਦਾਂ ਹੌਲੈਂਡ ਹੋ ਗਿਆ ਹੌਲੈਂਡ ਜਰਮਨ ਸਵਿਸ ਸਫਿਨਲੈਂਡ ਕੈਨੇਡਾ ਤੇ ਉਹਨਾਂ ਸਾਰਿਆਂ ਨੇ ਦੱਸਿਆ ਕਿ ਸਿਰਫ 60 ਸਾਲ ਤੋਂ ਉੱਤੇ ਜਿਨ੍ਹਾਂ ਦੀ ਉਮਰ ਆ ਉਹਨਾਂ ਦੇ ਉੱਤੇ ਹੀ ਇਸ ਵੈਕਸੀਨ ਨੂੰ ਲਾਇਆ ਜਾਊਗਾ ਕਾਫੀ ਹਾਦ ਤੱਕ ਜਿਹੜੀ ਇਹ ਵੈਕਸੀਨ ਆਸਰਾ ਸੈਨਿਕਾ ਹੁਣ ਸਿਰਫ ਬਜ਼ੁਰਗਾਂ ਦੇ ਉੱਤੇ ਹੀ ਟ੍ਰਾਈ ਲਾਈ ਜਾ ਰਹੀ ਹੈ ਅੱਜ 4 ਵਜੇ ਮੀਟਿੰਗ ਬੁਲਾਈ ਜਾਣੀ ਹੈ ਜੀ ਐਸ ਐਮਾ ਵਾਲਿਆਂ ਨੇ ਤੇ ਐਮਾ ਵਾਲੇ ਜਿਹੜੇ ਸਾਨੂੰ ਪਤਾ ਕਿ ਯੂਰਪ ਦੀ ਜਿਹੜੀ ਸਾਰੇ ਡਰਗ ਰੀਲ ਕਰਦੇ ਯੂਰਪ ਦੇ ਵਿੱਚ ਜਿੰਨੀਆਂ ਵੀ ਦਵਾਈਆਂ ਚੱਲ ਰਹੀਆਂ ਇਹਨਾਂ ਦੇ ਅੰਦਰ ਰਹੀ ਆ ਤੇ ਉਹ ਕਹਿ ਰਹੇ ਨੇ ਕਿ ਅੱਜ ਸ਼ਾਮ 4 ਵਜੇ ਤਾਂ ਫੈਸਲਾ ਹੋਊਗਾ ਕੀ ਆਸਤਰਾ ਜਨ ਦਾ ਲਾਣ ਲਾਣ ਦੇ ਲਈ ਸੇਫ ਆ ਜਾਂ ਨਹੀਂ ਕਿਉਂਕਿ ਹੁਣ ਤਕਰੀਬਨ ਹਰ ਇੱਕ ਬਜ਼ੁਰਗਾਂ ਦੇ ਵੈਕਸੀਨ ਨੂੰ ਲਾ ਰਿਹਾ ਜਿਹੜੇ ਜਵਾਨ ਆ ਉਹਨਾਂ ਦੇ ਜਿਹੜੀ ਵੈਕਸੀਨ ਨਹੀਂ ਲੱਗ ਰਹੀ ਪਤਾ ਨਹੀਂ ਹੁਣ ਤਾਂ ਫਾਇਦਾ ਹੈ ਕਿ ਨੁਕਸਾਨ ਹੈ ਤਾਂ ਆਉਣ ਵਾਲਾ ਟਾਈਮ ਹੀ ਸਾਨੂੰ ਦੱਸੂਗਾ ਕਿ ਸਮੇਂ ਦੀ ਬੁੱਕਲ ਦੇ ਵਿੱਚ ਕੀ ਜਵਾਬ ਸਨ ਇਸ ਆਸਤਰਾ ਜਨ ਕਦੇ ਜੀ ਹੁਣ ਆਪਣੇ 24 ਘੰਟੇ ਦੇ ਦਮਾਂਦੇ ਵੱਲ 24 ਘੰਟੇ ਦਾ ਜਿਹੜਾ ਦਮਾਂਦੇ ਦੇ ਬਾਰੇ ਬਹੁਤ ਪੁੱਛਿਆ ਜਾ ਰਿਹਾ ਹੈ ਕੁਛ ਹੋਰ ਨਹੀਂ ਇੱਕ ਸਰਕਾਰ ਵੱਲੋਂ ਹੈਲੋ ਬਦਿੱਤੀ ਗਈ ਆ ਜੀ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇੱਕ ਆਪਣਾ ਸਰਕਲ ਚਰਕੂਲਾਰੇ ਕਿਟੇ ਜਿਹੜਾ 175 ਨੰਬਰ ਸੇ 1275 ਨੰਬਰ ਦਾ ਜਿਹੜਾ ਉਹਨਾਂ ਦਾ ਚਰਕੂਲਾਰੇ ਸਗਾ 25 ਮਾਰਚ ਦਾ ਹੀ ਜਿਹਦੇ ਵਿੱਚ ਉਹਨੇ ਦੱਸਿਆ ਹੈ ਕਿ ਬੰਦਿਆਂ ਨੂੰ ਬੋਨਸ ਦੇਣਾ ਤੇ ਜਿਨ੍ਹਾਂ ਨੂੰ ਬੰਦਿਆਂ ਨੂੰ 1000 ਰੋ ਦਾ ਦਮਾਨਦਾ ਕੀਤਾ ਹੈ ਜਿਹੜਾ ਪਿਛਲੇ ਸਾਲ ਜਿਨ੍ਹਾਂ ਨੇ 1000 ਦਾ ਦਮਾਨਦਾ ਕੀਤਾ ਜਾਇ ਇਸ ਸਾਲ ਜਿਨ੍ਹਾਂ ਨੇ 1000 ਰੋ ਦਾ ਦਮਾਨਦਾ ਕੀਤਾ ਤੇ ਉਹਨੂੰ ਮਿਲ ਗਏ ਸਕੇ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਇਹਦਾ ਦਮਾਨਦਾ ਕਰਨ ਦੀ ਲੋੜ ਨਹੀਂ ਹੈਗੀ ਤੇ ਇਹ ਜਿਹੜਾ ਪੈਸੇ ਆ ਸ਼ੁਰੂਆਤ ਆ ਜਿਹੜੀ ਇਹ 8 ਅਪ੍ਰੈਲ ਤੋਂ ਸ਼ੁਰੂ ਹੋਣੀ ਆ ਐਸ ਜੋ ਅੱਜ 7 ਤਰੀਕਾ ਕੱਲ ਤੋਂ ਹੀ ਜਿਹੜੀ ਸ਼ੁਰੂ ਹੋ ਜਾਣੀ ਆ ਤੇ ਇਹ ਜਿਹੜੇ ਪੈਸੇ ਮਿਲਣੇ ਕਿਦਾਂ ਤੁਹਾਨੂੰ ਅਕਾਊਂਟ ਦੇ ਵਿੱਚ ਆਣੇ ਆ ਜਿਨ੍ਹਾਂ ਨੇ ਪਹਿਲਾਂ ਦਮੰਦਾ ਕੀਤਾ ਹੈ ਦਾ ਜੀ ਉਹਨਾਂ ਨੂੰ ਪੈਸੇ ਆਟੋਮੈਟਿਕਲ ਆਣੇ ਨੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਲਾਸਟਲੇ ਮਹੀਨੇ ਦੇ ਵਿੱਚ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਹੈਲਪ ਨਹੀਂ ਲਈ ਤੇ ਉਹਨਾਂ ਨੂੰ ਇਹਦਾ ਜਿਹੜਾ ਦਮੰਦਾ ਕਰਨਾ ਪੈਣਾ ਤੇ ਰਿਕਵੈਸਟ ਆ ਜਿਹੜਾ ਇਹਦਾ ਜੇ ਅਸੀਂ ਐਪਲੀਕੇਸ਼ਨ ਭਰਨੀ ਹੈ ਕਿ ਸਾਨੂੰ 24 ਸਾਲ ਚਾਹੀਦਾ ਅਸੀਂ 30 ਅਪ੍ਰੈਲ ਤੱਕ ਇਹਨੂੰ ਕਰ ਸਕਦੇ ਹਾਂ 30 ਅਪ੍ਰੈਲ 2021 ਤੱਕ ਸਾਡੇ ਕੋਲ ਟਾਈਮ ਆ ਪੈਸੇ ਨੇ ਮਿਲਣੇ ਕਿਹਨਾਂ ਨੂੰ ਮਿਲਣੇ ਆ ਜੀ ਜਿਹੜੇ ਜਿਹੜੇ ਬੰਦੇ ਆ ਕੰਮ ਕਰਦੇ ਆ ਜਿੱਦਾਂ ਸਪਿਤਾਖਲੂ ਦੇ ਵਿੱਚ ਕਰਦੇ ਆ ਜਾਂ ਟੂਰਿਸਟ ਦੇ ਵਿੱਚ ਕਰਦੇ ਆ ਜਿੱਦਾਂ ਸਰਕਸਾਂ ਦੇ ਵਿੱਚ ਕੰਮ ਕਰਦੇ ਆ ਜਾਂ ਦਾ ਸਪਿਆਜੀਆਂ ਤੇ ਕੰਮ ਕਰਦੇ ਆ ਮਾਰਿਆਂ ਤੇ ਕੰਮ ਕਰਦੇ ਆ ਸਮੁੰਦਰਾਂ ਤੇ ਕੰਮ ਕਰਦੇ ਆ ਇਹਨਾਂ ਨੂੰ ਸੀਜ਼ਨ ਵਾਲੇ ਜਿਹੜੇ ਕੰਮ ਕਰਦੇ ਆ ਉਹਨਾਂ ਬੰਦਿਆਂ ਨੂੰ ਇਹ ਪੈਸੇ ਮਿਲਣੇ ਆ ਜਿਨੂੰ ਇਟਾਲੀਅਨ ਦੇ ਵਿੱਚ ਅਸੀਂ ਕਹਿ ਦਿੰਦੇ ਆ ਲਵੋਰਾਤੋ ਰਿਡੀਪੈਂਡੈਂਤੀ ਸਟਾਜੋਨਾਲੀ ਜਿਹੜੇ ਸੀਜ਼ਨ ਦੇ ਵਿੱਚ ਕੰਮ ਕਰ ਰਹੇ ਆ ਅਪਰਤੈਨੈਂਤੀ ਅ ਸੇਟੂਰੀ ਡਿਵਰਸੀ ਦਾ ਕੁਐਲੀ ਡੈਲ ਟੂਰਿਸਮੋ ਸਟਾਬਲੀਮੈਂਤੀ ਟਰਮੀਨਾਲੀ ਜਿਹੜੇ ਟੂਰਿਸਟ ਤੋਂ ਇਲਾਵਾ ਹੋਰ ਵੀ ਨੇ ਇਹਨਾਂ ਨੂੰ ਵੀ ਕੰਮ ਦੇ ਇਹ ਪੈਸੇ ਮਿਲਦੇ ਆ ਉਸ ਤੋਂ ਬਾਅਦ ਬਹੁਤ ਪੁੱਛਿਆ ਜਾਂਦਾ ਕੀ ਇਹ ਜਿਹੜੇ ਖੇਤੀਬਾੜੀ ਵਾਲੇ ਆ ਉਹ ਵੀ ਸੀਜ਼ਨ ਵਾਲੇ ਹੁੰਦੇ ਕੀ ਉਹਨਾਂ ਨੂੰ ਪੈਸੇ ਇਹ ਮਿਲੂਗੇ ਇਦੇ ਬਾਰੇ ਜੇ ਇਸ ਟਾਈਮ ਤੁਸੀਂ ਕਾਫੀ ਸੀਰੀਅਲ ਤੋਂ ਦੁਮੰਦਾ ਕਰੋਗੇ ਤੁਹਾਨੂੰ ਉਹੀ ਦੱਸੂਗਾ ਕਿਉਂਕਿ ਇਹਦੇ ਵਿੱਚ ਲਿਖਿਆ ਸੀਜ਼ਨ ਆ ਪਰ ਇਹ ਨਹੀਂ ਲਿਖਿਆ ਕਿ ਖੇਤੀਬਾੜੀ ਵਾਲੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਵੀ ਇਹ ਪੈਸੇ ਮਿਲਣਿਆ ਟੋਟਲ ਜਿਹੜਾ ਪੈਸਾ ਇਹ 24000 ਦਾ ਮਿਲਣਾ ਤੇ ਇਹ ਸੀ ਅੱਜ ਦਾ ਹੁਣ ਤੱਕ ਦਾ ਅਪਡੇਟ ਬਾਕੀ ਮਿਲਾਂਗੇ ਸ਼ਾਮ ਦੀ ਖਬਰਾਂ ਦੇ ਵਿੱਚ ਖਬਰਾਂ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਯਾਦ ਰੱਖਿਓ ਜੀ ਸਾਡੀਆਂ ਸ਼ਾਮ ਨੂੰ ਖਬਰਾਂ ਆਣੀ ਆ ਤਕਰੀਬਨ ਤਕਰੀਬਨ ਸਾਡੀਆਂ ਖਬਰਾਂ ਆਣੀਆਂ 8 8:30 ਤੋਂ 9 ਵਜੇ ਖਬਰਾਂ ਆਣਗੀਆਂ ਤਾਂ ਜ਼ਰੂਰ ਸੁਣਿਓ ਉਹਦੇ ਵਿੱਚ ਕਾਫੀ ਸਾਰੇ ਅਪਡੇਟ ਨੇ ਜੋ ਅੱਜ ਸ਼ਾਮ ਨੂੰ ਇਸ ਤੁਹਾਨੂੰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਹੀ ਸੁਣ ਰਹੇ ਹਾਂ ਕਲੂਜ਼ਰਿੰਗ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ